ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੇ ਪ੍ਰੋਗਰਾਮ ਖਬਰ ਪੜਤਾਲ ਲੈ ਕੇ ਹਾਜ਼ਰ ਆ ਜੀ ਸੋ ਪੰਜਾਬ ਅਤੇ ਦੇਸ਼ ਦੀਆਂ ਜੁੜੀਆਂ ਖਾਸ ਖਬਰਾਂ ਦੇ ਉੱਪਰ ਚਰਚਾ ਕਰਾਂਗੇ ਹਰ ਵਾਰ ਦੀ ਤਰ੍ਹਾਂ ਤੇ ਹਰ ਵਾਰ ਦੀ ਤਰ੍ਹਾਂ ਸਾਡੇ ਨਾਲ ਪ੍ਰੋਗਰਾਮ ਵਿੱਚ ਜੁੜੇ ਹੋਏ ਨੇ ਜੀ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਤੇ ਦੁਨੀਆ ਭਰ ਦੇ ਪੰਜਾਬੀਆਂ ਦਾ ਜੀ ਬਿਲਕੁਲ ਅਗਰ ਖਬਰਾਂ ਦੀ ਗੱਲ ਕਰੀਏ ਤੇ ਇਹ ਸਾਰੀਆਂ ਖਬਰਾਂ ਸਾਡੇ ਕੋਲ ਨੇ ਤੇ ਖਾਸ ਖਬਰਾਂ ਦੀ ਗੱਲ ਕਰ ਲਵਾਂ ਤਾਂ ਸੰਗਰੂਰ ਜਮਨੀ ਚੋਣ ਨੂੰ ਲੈ ਕੇ ਜੋ ਗੱਲਾਂ ਆ ਰਹੀਆਂ ਨੇ ਕਿ ਭਗਵੰਤ ਮਾਨ ਸਾਡੇ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜੋ ਭੈਣ ਮੰਤਪ੍ਰੀਤ ਕੌਰ ਨੇ ਉਹ ਉੱਥੋਂ ਸ਼ਾਇਦ ਚੋਣ ਲੜ ਸਕਦੇ ਨੇ ਇਸ ਦੇ ਉੱਪਰ ਆਪਾਂ ਚਰਚਾ ਕਰਾਂਗੇ ਤੇ ਨਾਲ ਦੀ ਨਾਲ ਅੱਗੋਂ ਅਗਰ ਗੱਲ ਕਰੀਏ ਰਾਜ ਸਭਾ ਚੋਣਾਂ ਨੂੰ ਲੈ ਕੇ ਚਿਹਰਿਆਂ ਨੂੰ ਲੈ ਕੇ ਬੜੇ ਸਵਾਲ ਖੜੇ ਹੋ ਰਹੇ ਨੇ ਕਿ ਕੀ ਹੁਣ ਇੱਕ ਵਾਰ ਫਿਰ ਤੋਂ ਦਿੱਲੀ ਤੋਂ ਚਿਹਰੇ ਦਿਖਣਗੇ ਜਾਂ ਫਿਰ ਪੰਜਾਬ ਸਰਕਾਰ ਜੋ ਹੈ ਪੰਜਾਬ ਤੋਂ ਚਿਹਰਿਆਂ ਨੂੰ ਰਾਜ ਸਭਾ ਵਿੱਚ ਲੈ ਕੇ ਜਾਏਗੀ ਤੇ ਮੂਵ ਤੋਂ ਬੱਸ ਸਫ਼ਰ ਬੰਦ ਕਰਨ ਦੀ ਜੋ ਫਵਾਦ ਸੀ ਉਹ ਕਲੀਅਰ ਕਰ ਦਿੱਤੀ ਗਈ ਹੈ ਸਾਫ਼ ਕਰ ਦਿੱਤੀ ਗਈ ਹੈ ਟ੍ਰਾਂਸਪੋਰਟ ਮੰਤਰੀ ਵੱਲੋਂ ਉਸ ਦੀ ਵੀ ਜੋ ਹੈ ਵਿਸਥਾਰ ਵਿੱਚ ਗੱਲ ਜ਼ਰੂਰ ਕਰਾਂਗੇ ਤੇ ਨਾਲ ਦੀ ਨਾਲ ਸਿੱਖ ਕੈਦੀਆਂ ਦੀ ਰਿਹਾਈ ਲਈ ਜੋ ਕਮੇਟੀ ਬਣਾਈ ਗਈ ਹੈ ਆਖਰੀ ਰੋਜ਼ੇ ਵਿੱਚ ਹੁਣ ਸੁਖਬੀਰ ਬਾਦਲ ਦਾ ਵਿਰੋਧ ਕਿਉਂ ਹੋ ਰਿਹਾ ਉਸ ਦੇ ਬਾਰੇ ਵੀ ਵਿਸਥਾਰ ਦੇ ਵਿੱਚ ਜਾਣਕਾਰੀ ਡੱਲਾ ਜੀ ਤੋਂ ਜ਼ਰੂਰ ਲਵਾਂਗੇ ਸਭ ਗੱਲਾਂ ਸਭ ਖਬਰਾਂ ਦੇ ਉੱਪਰ ਚਰਚਾ ਕਰਾਂਗੇ ਤੇ ਅਖੀਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਬਾਰੇ ਵੀ ਜੋ ਕੁਝ ਖਾਸ ਖਬਰਾਂ ਆ ਰਹੀਆਂ ਨੇ ਉਹਦੇ ਬਾਰੇ ਚਰਚਾ ਜ਼ਰੂਰ ਕਰਾਂਗੇ ਤੇ ਡੱਲਾ ਜੀ ਸਭ ਤੋਂ ਪਹਿਲਾਂ ਸੰਗਰੂਰ ਜ਼ਿਮਨੀ ਚੋਣ ਦੀ ਗੱਲ ਕਰ ਲਈਏ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਦਾ ਉੱਥੋਂ ਚੋਣ ਲੜੇ ਜਾਣ ਦੀ ਗੱਲ ਕਹੀ ਜਾ ਰਹੀ ਹੈ ਹਾਲਾਂਕਿ ਕੁਝ ਉਹਨਾਂ ਵੱਲੋਂ ਆਫੀਸ਼ੀਅਲੀ ਗੱਲ ਨਹੀਂ ਕਹੀ ਗਈ ਹੈ ਕਿ ਵਾਕਈ ਉੱਥੋਂ ਚੋਣ ਲੜਨਗੇ ਜਾਂ ਨਹੀਂ ਅਸਲ 'ਚ ਦੋ ਤਿੰਨ ਦਿਨਾਂ ਤੋਂ ਮੀਡੀਆ ਦੇ ਵਿੱਚ ਖੂਬ ਚਰਚਾ ਇਸ ਗੱਲ ਦੀ ਹੋ ਰਹੀ ਹੈ ਹਰਜੋਤ ਜੀ ਕਿ ਭਗਵੰਤ ਸਿੰਘ ਮਾਨ ਉਹਨਾਂ ਦੇ ਭੈਣ ਮਨਪ੍ਰੀਤ ਕੌਰ ਉੱਥੋਂ ਚੋਣ ਲੜ ਸਕਦੇ ਨੇ ਪਹਿਲਾਂ ਅਧਿਆਪਕ ਸੀ ਔਰ ਬੜੇ ਸਰਗਰਮ ਰਹੇ ਨੇ ਭਗਵੰਤ ਸਿੰਘ ਮਾਨ ਉਹਨਾਂ ਦੇ ਚੋਣ ਪ੍ਰਚਾਰ ਦੇ ਵਿੱਚ ਔਰ ਬੜੇ ਸੂਝਵਾਨ ਨੇ ਔਰ ਭਗਵੰਤ ਮਾਨ ਦੀ ਤਰ੍ਹਾਂ ਉਹਨਾਂ ਦੇ ਵਿੱਚ ਵੀ ਭਾਸ਼ਣ ਕਰਨ ਦੀ ਜਿਹੜੀ ਸ਼ੈਲੀ ਹੈ ਉਹ ਬੜੀ ਜ਼ਬਰਦਸਤ ਹੈ ਔਰ ਉਹਨਾਂ ਦੀ ਜਿਹੜੀ ਉਹਨਾਂ ਦਾ ਜਿਹੜਾ ਸੁਭਾਅ ਹੈ ਉਹ ਵੀ ਵੋਟਰਾਂ ਨੂੰ ਪ੍ਰਭਾਵਿਤ ਕਰਨ ਵਾਲਾ ਹੈ ਜੀ ਅਜਿਹੇ ਦੇ ਵਿੱਚ ਬਹੁਤ ਸਾਰੇ ਲੋਕ ਇਹ ਮਹਿਸੂਸ ਕਰਦੇ ਨੇ ਕਿ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਭਗਵੰਤ ਮਾਨ ਦੇ ਕੱਦ ਦਾ ਕੋਈ ਹੋਰ ਉਮੀਦਵਾਰ ਸਾਨੂੰ ਨਹੀਂ ਦਿਖ ਰਿਹਾ ਹੂੰ ਤੇ ਕਿਉਂ ਨਾ ਭਗਵੰਤ ਸਿੰਘ ਮਾਨ ਉਹਨਾਂ ਦੇ ਜਿਹੜੇ ਛੋਟੇ ਭੈਣ ਨੇ ਮਨਪ੍ਰੀਤ ਕੌਰ ਉਹਨਾਂ ਨੂੰ ਹੀ ਉਮੀਦਵਾਰ ਬਣਾ ਲਿਆ ਜਾਵੇ। ਇਹਦੇ ਪਿੱਛੇ ਦੋ ਗੱਲਾਂ ਮੁੱਖ ਤੌਰ ਤੇ ਕੀਤੀਆਂ ਜਾਂਦੀਆਂ ਨੇ। ਇੱਕ ਤਾਂ ਇਹ ਕਿ ਕਿਤੇ ਨਾ ਕਿਤੇ ਪਾਰਟੀ ਇਹ ਸੋਚਦੀ ਹੈ ਕਿ ਭਗਵੰਤ ਮਾਨ ਦੇ ਪਰਿਵਾਰ ਦੇ ਨਾਲ ਸੰਗਰੂਰ ਹਲਕੇ ਦੇ ਲੋਕਾਂ ਦਾ ਜੁੜਾ ਹੈ। ਤੇ ਅਗਰ ਭਗਵੰਤ ਮਾਨ ਦੇ ਪਰਿਵਾਰ ਚੋਂ ਉਮੀਦਵਾਰ ਆਏਗਾ ਤੇ ਪੰਜਾਬ ਦੇ ਲੋਕਾਂ ਨੂੰ ਇਹ ਲੱਗੇਗਾ ਕਿ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੀ ਵੋਟ ਪਾ ਰਹੇ ਹਾਂ ਇੱਕ ਤਰੀਕੇ ਨਾਲ। ਕਿ ਕੁਝ ਲੋਕਾਂ ਦਾ ਓਪੀਨੀਅਨ ਹੈ ਇਸ ਤਰਕ ਪਿੱਛੇ ਹੂੰ ਦੂਸਰਾ ਦੂਸਰਾ ਆਮ ਆਦਮੀ ਪਾਰਟੀ ਇਹ ਸੀਟ ਹਰ ਹਾਲਤ ਦੇ ਵਿੱਚ ਜਿੱਤਣਾ ਚਾਹੇਗੀ ਕਿਉਂਕਿ ਇਹ ਵੀ ਵੀ ਆਈ ਪੀ ਸੀਟ ਬਣ ਗਈ ਹੈ ਔਰ ਮੈਂ ਪੂਰੀ ਉਮੀਦ ਨਾਲ ਕਹਿ ਸਕਦਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾ ਭਾਜਪਾ ਦੇ ਕੌਮੀ ਪ੍ਰਧਾਨ ਔਰ ਭਾਜਪਾ ਦੀ ਦੇਸ਼ ਭਰ ਦੇ ਮੰਤਰੀ ਲਗਾਤਾਰ ਇਸ ਸੀਟ ਤੇ ਸੰਗਰੂਰ ਹਲਕੇ ਤੇ ਚੋਣ ਪ੍ਰਚਾਰ ਕਰਨਗੇ ਕਿਉਂਕਿ ਭਾਰਤੀ ਜਨਤਾ ਪਾਰਟੀ ਇਹ ਸੀਟ ਜਿੱਤ ਕੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਚ ਹੋਏਗੀ ਕਿ ਪੰਜਾਬ ਚ ਅਸੀਂ ਆਪਣਾ ਆਧਾਰ ਸਥਾਪਿਤ ਕਰ ਲਿਆ ਅਤੇ ਅਸੀਂ ਬਿਨਾ ਕਿਸੇ ਦੇ ਸਮਰਥਨ ਤੋਂ ਸੰਗਰੂਰ ਦੀ ਸੀਟ ਜਿੱਤੀ ਹੈ ਜਿਹੜੀ ਕਿ ਅੱਜ ਤੱਕ ਭਾਜਪਾ ਆਪਣੇ ਦਮ ਤੇ ਮਾਲਵੇ ਚੋਂ ਸੀਟ ਨਹੀਂ ਜਿੱਤ ਸਕੀ ਭਾਜਪਾ ਆਪਣੇ ਨਾਮ ਤੇ ਦੇਖੋ ਫਿਰੋਜ਼ਪੁਰ ਦੇ ਵਿੱਚ ਮਾਲਵੇ ਚ ਫਿਰੋਜ਼ਪੁਰ ਚ ਭਾਰਤੀ ਜਨਤਾ ਪਾਰਟੀ ਦਾ ਦਬਦਬਾ ਰਿਹਾ ਹੈ ਲੇਕਿਨ ਜਿਹੜਾ ਸੰਗਰੂਰ ਹੈ ਮੈਂ ਉਹਨੂੰ ਮਾਲਵੇ ਦਾ ਗੜ੍ਹ ਕਹਿੰਨਾ ਮੈਂ ਵੀ ਸੰਗਰੂਰ ਤੋਂ ਸਬੰਧਤ ਸੰਗਰੂਰ ਹੀ ਮੇਰਾ ਪਿੰਡ ਹੈ ਬੜਵਰ ਹੁਣ ਇਹ ਦੋ ਤਿੰਨ ਸੈਕਟਰ ਨੇ ਜਿਹੜੇ ਹਰਜੋਤ ਜੀ ਇਹ ਬਹੁਤ ਪ੍ਰਭਾਵੀ ਕਰਨ ਵਾਲੇ ਫੈਕਟਰ ਨੇ ਹੁਣ ਤੀਸਰੇ ਫੈਕਟਰ ਦੀ ਗੱਲ ਕਰਦਾ ਤੀਸਰਾ ਫੈਕਟਰ ਹੀ ਆਮ ਆਦਮੀ ਪਾਰਟੀ ਇਹ ਕਦੇ ਵੀ ਨਹੀਂ ਚਾਹੇਗੀ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਹੱਥੋਂ ਹਾਰੇ ਯਾ ਉਹ ਕਿਸੇ ਹੋਰ ਧਿਰ ਦੇ ਹੱਥੋਂ ਹਾਰੇ ਹਾਲਾਂਕਿ ਸੰਗਰੂਰ ਚ ਕਾਂਗਰਸ ਅਕਾਲੀ ਦਲ ਜਾਂ ਸੰਯੁਕਤ ਅਕਾਲੀ ਦਲ ਜਾਂ ਹੋਰ ਕਿਸੇ ਪਾਰਟੀ ਚ ਐਡੀ ਤਾਕਤ ਨਹੀਂ ਦਿਖਦੀ ਕਿ ਉਹ ਆਮ ਆਦਮੀ ਪਾਰਟੀ ਨੂੰ ਹਰਾ ਸਕੇ ਪਰ ਭਾਰਤੀ ਜਨਤਾ ਪਾਰਟੀ ਹਾਲ ਦੀ ਘੜੀ ਕਿਉਂਕਿ ਕੌਮੀ ਪਾਰਟੀ ਹੈ ਪੰਜਾਬ ਚ ਬੜੀ ਮਜ਼ਬੂਤੀ ਦੇ ਨਾਲ ਉਹ ਕੰਮ ਕਰ ਰਹੇ ਨੇ ਕਿਸਾਨਾਂ ਦੇ ਹੱਕ ਦੇ ਫੈਸਲੇ ਕਰ ਰਹੇ ਨੇ ਇਸ ਕਰਕੇ ਆਮ ਆਦਮੀ ਪਾਰਟੀ ਲਈ ਇਹ ਵਕਾਰ ਵਾਲੀ ਗੱਲ ਹੋਣੀ ਹੈ ਕਿ ਅਸੀਂ ਕਿਸੇ ਕੀਮਤ ਤੇ ਬੀਜੇਪੀ ਤੋਂ ਨਾ ਹਾਰੀਏ। ਬਿਲਕੁਲ। ਅਗਰ ਅਗਰ ਆਮ ਆਦਮੀ ਪਾਰਟੀ ਬੀਜੇਪੀ ਤੋਂ ਹਾਰ ਗਈ ਹਰਜੋਤ ਜੀ ਸਾਰੀਆਂ ਪਾਰਟੀਆਂ ਨੇ ਇਹ ਭੰਡੀ ਪ੍ਰਚਾਰ ਕਰ ਦੇਣਾ ਹੈ ਕਿ ਜਿਹੜਾ ਵਿਧਾਨ ਸਭਾ ਚੋਣਾਂ ਦੇ ਵਿੱਚ 92 ਸੀਟਾਂ ਲੈਣ ਦਾ ਜਿਹੜਾ ਕਾਰਨਾਮਾ ਸੀ ਉਹ ਇੱਕ ਤੁੱਕਾ ਸੀ। ਉਹਨੂੰ ਤੁੱਕਾ ਘਰਾਰ ਦੇ ਦੇਣਾ ਵਿਰੋਧੀ ਪਾਰਟੀਆਂ ਨੇ। ਅਗਰ ਲੋਕ ਸਭਾ ਦੀ ਸੀਟ ਆਮ ਆਦਮੀ ਪਾਰਟੀ ਹਾਰ ਗਈ ਹੁਣ ਬਿਲਕੁਲ ਅਗਰ ਲੋਕ ਸਭਾ ਦੀ ਸੀਟ ਆਮ ਆਦਮੀ ਪਾਰਟੀ ਹਾਰਦੀ ਹੈ ਇਹਦਾ ਮਤਲਬ ਇਹ ਵੀ ਮੰਨਿਆ ਜਾਏਗਾ ਕਿ ਕਿੰਨੇ ਕ ਵਾਅਦੇ ਨਾਲ ਕਿੰਨੀ ਕ ਲੀਡ ਨਾਲ ਭਾਜਪਾ ਜਿੱਤਦੀ ਹੈ ਜਾਂ ਆਮ ਆਦਮੀ ਪਾਰਟੀ ਜਿੱਤਦੀ ਹੈ ਕਿਉਂਕਿ ਸੰਗਰੂਰ ਲੋਕ ਸਭਾ ਸੀਟ 'ਚ 9 ਵਿਧਾਨ ਸਭਾ ਸੀਟਾਂ ਨੇ ਅਗਰ ਬੀਜੇਪੀ ਲੋਕ ਸਭਾ ਦੀ ਸੀਟ ਜਿੱਤਦੀ ਹੈ ਤੇ ਵੋਟਾਂ ਦੇ ਮਾਰਜਨ ਦੇ ਹਿਸਾਬ ਦੇ ਨਾਲ ਇਹ ਪਤਾ ਲੱਗ ਜਾਏਗਾ ਕਿ ਕੀ ਉਹਨਾਂ ਨੇ ਵਿਧਾਨ ਸਭਾ ਦੀ ਇੱਕ ਸੀਟ ਜਿੱਤੀ ਦੋ ਸੀਟਾਂ ਜਿੱਤੀਆਂ ਜਾਂ ਤਿੰਨ ਸੀਟਾਂ ਜਿੱਤੀਆਂ ਪਰ ਅਗਰ ਜਿਹਾ ਹੋ ਗਿਆ ਤਾਂ ਬੀਜੇਪੀ 2024 ਤੋਂ ਪਹਿਲਾਂ ਪੂਰੇ ਪੰਜਾਬ 'ਚ ਪ੍ਰਚਾਰ ਕਰੇਗੀ ਕਿ ਅਸੀਂ ਵਿਧਾਨ ਸਭਾ ਦੀਆਂ ਸੀਟਾਂ ਵੀ ਸੰਗਰੂਰੋ ਜਿੱਤੀਆਂ ਤੇ ਲੋਕ ਸਭਾ ਵੀ ਜਿੱਤੀਆਂ ਭਾਵੇਂ ਵਿਧਾਨ ਸਭਾ ਦੀ ਅਫੀਸ਼ੀਅਲ ਜਿੱਤ ਨਹੀਂ ਹੋਏਗੀ ਪਰ ਜਿਹੜੀ ਸਿਆਸਤ ਹੈ ਉਹ ਪਰਸਪੈਕਸ਼ਨ ਦੇ ਉੱਤੇ ਖੜੀ ਹੁੰਦੀ ਹੈ ਜਿਹੜੀ ਸਿਆਸਤ ਹੈ ਉਹ ਦਿਖਾਵੇ ਤੇ ਖੜੀ ਹੁੰਦੀ ਹੈ ਹਾਂ ਲੋਕਾਂ ਦਾ ਫੈਸਲਾ ਜਿਹੜਾ ਉਹ ਹਕੀਕਤ ਹੁੰਦਾ ਹੈ ਸਿਆਸਤ ਬਾਕੀ ਸਭ ਕੁਝ ਦਿਖਾਵਾ ਹੁੰਦਾ ਹੈ ਕਿ ਅਸੀਂ ਆਹ ਕਰ ਦਿਆਂਗੇ ਅਸੀਂ ਆਹ ਕਰ ਦਿਆਂਗੇ ਅਸੀਂ ਆਹ ਕੀਤਾ ਜੋ ਕੀਤਾ ਹੁੰਦਾ ਉਹ ਲੋਕਾਂ ਨੂੰ ਪਤਾ ਹੁੰਦਾ ਕਿ ਲੋਕਾਂ ਤੇ ਕਿੰਨਾ ਅਸਰ ਕਰਦਾ ਹੁਣ ਇਹ ਤਿੰਨ ਫੈਕਟਰ ਨੇ ਹੁਣ ਇਹ ਚੌਥਾ ਫੈਕਟਰ ਹੈ ਭਾਰਤੀ ਜਨਤਾ ਪਾਰਟੀ ਇਹ ਸੀਟ ਜਿੱਤ ਕੇ 2024 ਦੇ ਵਿੱਚ 13 ਸੀਟਾਂ ਜਿੱਤਣ ਦਾ ਦਾਵਾ ਕਰਕੇ ਆਪਣੇ ਦਮ ਤੇ ਅੱਗੇ ਵਧਣ ਦਾ ਹੌਸਲਾ ਪੈਦਾ ਕਰਨਾ ਚਾਹੀਏਗੀ ਹੁਣ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆਂ ਪਿਛਲੀ ਵਾਰੀ ਆਮ ਆਦਮੀ ਪਾਰਟੀ ਨੂੰ ਪੰਜਾਬ 'ਚ ਸਿਰਫ 1 ਐਮਪੀ ਮਿਲਿਆ ਸੀ ਭਗਵੰਤ ਸਿੰਘ ਮਾਨ ਪੰਜਾਬ 'ਚ ਆਮ ਆਦਮੀ ਪਾਰਟੀ ਦਾ ਹੋਰ ਕੋਈ ਮੈਂਬਰ ਪਾਰਲੀਮੈਂਟ ਨਹੀਂ ਹੈ 2014 'ਚ ਆਮ ਆਦਮੀ ਪਾਰਟੀ ਨੂੰ ਮਿਲੇ ਸੀ 4 ਮੈਂਬਰ ਪਾਰਲੀਮੈਂਟ ਸਾਨੂੰ ਸਾਰਿਆਂ ਨੂੰ ਪਤਾ ਹੋਣਾ ਜ ਧਰਮਵੀਰ ਗਾਂਧੀ ਵੀ ਸੀ ਪ੍ਰੋਫੈਸਰ ਸਾਹਿਬ ਵੀ ਸੀ ਉਹਦੇ 'ਚ ਜਿਹੜੇ ਨੇ ਭਗਵੰਤ ਮਾਨ ਆਪ ਵੀ ਸੀ ਇੱਕ ਉਹਨਾਂ ਦੇ ਜਿਹੜੇ ਐਮਪੀ ਨੇ ਉਹ ਹੋਰ ਸੀ ਹੁਣ 4 'ਤੋਂ 2019 'ਚ ਰਹਿ ਗਏ ਸੀ 1 ਤੇ ਹੁਣ 2002 ਦੀ ਜ਼ਿਮਨੀ ਚੋਣ ਦੇ ਵਿੱਚ ਅਗਰ ਆਮ ਆਦਮੀ ਪਾਰਟੀ ਆਪਣਾ ਇੱਕ ਐਮਪੀ ਨਾ ਬਚਾ ਸਕੇ ਤਾਂ ਲੋਕ ਸਭਾ ਚੋਂ ਆਮ ਆਦਮੀ ਪਾਰਟੀ ਦੀ ਨੁਮਾਇੰਦਗੀ ਖਤਮ ਹੋ ਜਾਣੀ ਕਿਉਂਕਿ ਇੱਕੋ ਲੋਕ ਸਭਾ ਦੇ ਐਮਪੀ ਹੈ ਪਾਰਟੀ ਦੇ ਭਗਵੰਤ ਮਾਨ ਹਾਂ 91 ਸੀਟਾਂ ਵਿਧਾਨ ਸਭਾ ਚ ਜਿੱਤਣ ਕਰਕੇ ਰਾਜ ਸਭਾ ਚ 5 ਸੀਟਾਂ ਪੰਜਾਬ ਤੋਂ ਆਮ ਆਦਮੀ ਪਾਰਟੀ ਦੀਆਂ ਆ ਗਈਆਂ 2 ਸੀਟਾਂ ਪੰਜਾਬ ਤੋਂ ਰਾਜ ਸਭਾ ਦੀਆਂ ਹੋਰ ਨੇ ਉਹ ਤੁਸੀਂ ਸਵਾਲ ਕਰੋਗੇ ਮੈਂ ਵੱਖਰਾ ਜਵਾਬ ਦਊਂਗਾ ਸੋ ਰਾਜ ਸਭਾ ਆਮ ਆਦਮੀ ਪਾਰਟੀ 7 ਸੀਟਾਂ ਦੇ ਪਹੁੰਚਣ ਵਾਲੀ ਹੈ ਤੇ ਜੇ ਲੋਕ ਸਭਾ ਆਮ ਆਦਮੀ ਪਾਰਟੀ ਦੀ ਇੱਕ ਵੀ ਸੀਟ ਨਾ ਹੋਈ ਇਹ ਜਿਹੜਾ ਸਿਆਸੀ ਗਣਿਤ ਹੈ ਇਹ ਵਿਗੜੇਗਾ ਜਿਹਦੇ ਨਾਲ 2024 ਤੋਂ ਪਹਿਲਾਂ ਆਮ ਆਦਮੀ ਪਾਰਟੀ ਪੂਰੇ ਦੇਸ਼ 'ਚ ਜਿਹੜਾ ਫਲਾਹ ਕਰਨਾ ਚਾਹੇਗੀ ਉਹਦੇ 'ਚ ਰੁਕਾਵਟ ਆਏਗੀ ਸੋ ਕਿਉਂਕਿ ਸਿਆਸਤ ਇਲਜ਼ਾਮਾਂ ਦਾ ਖੇਡ ਹੈ ਕਾਂਗਰਸ ਬੀਜੇਪੀ ਸਾਰੀਆਂ ਪਾਰਟੀਆਂ ਫਿਰ ਆਮ ਆਦਮੀ ਪਾਰਟੀ 'ਤੇ ਇਲਜ਼ਾਮ ਲਾਉਣਗੇ ਕਿ ਪੰਜਾਬ ਦੀ ਜਿੱਤ ਤੁਹਾਡਾ ਤੁੱਕਾ ਸੀ ਔਰ ਪੰਜਾਬ ਦੀ ਜਿੱਤ ਤੁੱਕੇ ਕਰਕੇ ਆਈ ਤੇ ਤੁਸੀਂ ਰਾਜ ਸਭਾ ਚ ਆ ਗਏ ਲੋਕ ਸਭਾ ਦੇ ਵਿੱਚ ਤਾਂ ਤੁਸੀਂ ਹੈ ਹੀ ਨਹੀਂ ਸੋ ਇਸ ਕਰਕੇ 2024 ਚ ਉਹਦਾ ਨੁਕਸਾਨ ਆਮ ਆਦਮੀ ਪਾਰਟੀ ਨੂੰ ਦੇਣ ਦੀ ਕੋਸ਼ਿਸ਼ ਕੀਤੀ ਜਾਊਗੀ ਹਾਲਾਂਕਿ ਇਹ ਇਹ ਵੱਖ-ਵੱਖ ਪੁਆਇੰਟਸ ਨੇ ਜਿਹੜੇ ਵੱਖ-ਵੱਖ ਤਰ੍ਹਾਂ ਨਾਲ ਲੋਕ ਸੋਚਦੇ ਵੀ ਨੇ ਚਰਚਾ ਵੀ ਕਰਦੇ ਨੇ ਔਰ ਡਿਬੇਟ ਦੇ ਵਿੱਚ ਇਹਨਾਂ ਪੁਆਇੰਟਸ ਦੇ ਉੱਤੇ ਸੋਚ ਵਿਚਾਰ ਕੀਤਾ ਜਾ ਸਕਦਾ ਇਸ ਕਰਕੇ ਸਵਾਲ ਹੀ ਆ ਗਿਆ ਵੀ ਇਹਦਾ ਨੁਕਸਾਨ ਕੀ ਹੁਣ ਤੋ ਵੱਡੀ ਗੱਲ ਆਮ ਆਦਮੀ ਪਾਰਟੀ ਪੰਜਾਬ ਚ ਸੱਤਾ ਚ ਹੈਰ ਜੋਜੀ 92 ਵਿਧਾਇਕ ਭਗਵੰਤ ਮਾਨ ਮੁੱਖ ਮੰਤਰੀ ਨੇ ਅਗਰ ਭਗਵੰਤ ਮਾਨ ਆਪਣੀ ਛੋਟੀ ਭੈਣ ਨੂੰ ਟਿਕਟ ਦੇਣ ਤੋਂ ਇਲਾਵਾ ਕਿਸੇ ਹੋਰ ਨੂੰ ਵੀ ਟਿਕਟ ਦੇਣ ਉਹ ਉਮੀਦਵਾਰ ਵੀ ਜਿੱਤ ਸਕਦਾ ਹੈ ਪਰ ਫਿਰ ਸਵਾਲ ਉਹ ਹੈ ਆਮ ਆਦਮੀ ਪਾਰਟੀ ਕੋਲੇ ਵਿਧਾਇਕ ਉਮੀਦਵਾਰ ਨਹੀਂ ਸੀ ਆਮ ਆਦਮੀ ਪਾਰਟੀ ਨੇ ਕਈ ਪਾਰਟੀਆਂ ਚੋਂ ਜੋੜ ਤੋੜ ਕਰਕੇ ਵੀ ਉਮੀਦਵਾਰ ਲਿਆਂਦੇ ਅਜਿਹੇ ਇਲਜ਼ਾਮ ਹੈ ਕੁਝ ਆਪਣੀ ਸ਼ਰਦਾ ਭਾਵਨਾ ਨਾਲ ਵੀ ਆਮ ਆਦਮੀ ਪਾਰਟੀ ਚਾਹੀ। ਹੁਣ ਆਮ ਆਦਮੀ ਪਾਰਟੀ ਕਿਸੇ ਹੋਰ ਪਾਰਟੀ ਚੋਂ ਉਮੀਦਵਾਰ ਨਹੀਂ ਲੈਣਾ ਚਾਹੀਗੀ ਮੈਨੂੰ ਲੱਗਦਾ। ਆਮ ਆਦਮੀ ਪਾਰਟੀ ਨੇ ਕਿਹਾ ਸੀ ਸੁਣੀਏ ਅਸੀਂ ਆਪਣੀ ਪਾਰਟੀ ਚੋਂ ਹੀ ਕਿਸੇ ਨੂੰ ਉਮੀਦਵਾਰ ਬਣਾਈਏ। ਹੁਣ ਉਹਦੇ ਲਈ ਦੋ ਰਾਹ ਨੇ। ਜਾਂ ਤਾਂ ਆਮ ਆਦਮੀ ਪਾਰਟੀ ਆਪਣੀ ਹੀ ਪਾਰਟੀ ਦੇ ਕਿਸੇ ਉਮੀਦਵਾਰ ਨੂੰ ਲੋਕ ਸਭਾ ਚ ਉਤਾਰ ਲੇ ਤੇ ਜ਼ਿਮਨੀ ਚੋਣ ਵਿਧਾਇਕ ਵਾਲੀ ਬਾਅਦ ਦੇ ਵਿੱਚ ਹੋ ਜਾਏਗੀ। ਜਾਂ ਤਾਂ ਕਿਸੇ ਐਮਐਲਏ ਨੂੰ ਆਮ ਆਦਮੀ ਪਾਰਟੀ ਲਿਆਵੇ। ਆਮ ਆਦਮੀ ਪਾਰਟੀ ਆਪਣੇ ਕਿਸੇ ਵਲੰਟੀਅਰ ਨੂੰ ਟਿਕਟ ਦਵੇ ਹੁਣ ਇੱਥੇ ਸਵਾਲ ਹੀ ਖੜਾ ਹੁੰਦਾ ਹੈ ਕਿਉਂਕਿ ਬੀਜੇਪੀ ਕੌਮੀ ਪਾਰਟੀ ਹੈ ਬੀਜੇਪੀ ਨੇ ਪੂਰਾ ਜੋਰ ਲਾਣਾ ਹੈ ਪ੍ਰਧਾਨ ਮੰਤਰੀ ਆਉਣਗੇ ਮੰਤਰੀ ਆਉਣਗੇ ਆਮ ਆਦਮੀ ਪਾਰਟੀ ਵੀ ਦਚਿੱਤੀ ਚ ਹੋਏਗੀ ਕਿ ਜੇ ਅਸੀਂ ਕਿਸੇ ਨਵੇਂ ਉਮੀਦਵਾਰ ਤੇ ਦਾਅ ਲਾਉਨੇ ਆ ਅਗਰ ਉਹ ਦਾਅ ਪੁੱਠਾ ਪੈ ਗਿਆ ਤੇ ਸਾਨੂੰ ਨੁਕਸਾਨ ਬਹੁਤ ਵੱਡਾ ਹੋਣਾ ਹੈ ਮੇਰੇ ਸਰਕਾਰ ਘੁੰਮ ਰਹੀ ਹੈ ਭਗਵੰਤ ਮਾਨ ਉਹਨਾਂ ਦੀ ਭੈਣ ਨੂੰ ਚੋਣ ਲੜਨ ਬਾਰੇ ਹੁਣ ਦੂਜਾ ਹੁਣ ਅਗਰ ਆਮ ਆਦਮੀ ਪਾਰਟੀ ਕੋੜਾ ਕੁੱਟ ਭਰ ਕੇ ਭਗਵੰਤ ਸਿੰਘ ਜੀ ਦੇ ਪਰਿਵਾਰ ਚ ਦੂਸਰੀ ਟਿਕਟ ਦੇ ਦੰਦੇ ਨੇ ਲੋਕ ਸਭਾ ਲਈ ਫਿਰ ਵਿਰੋਧੀਆਂ ਵੱਲੋਂ ਵੀ ਇਲਜ਼ਾਮ ਲੱਗੇਗਾ ਕਿ ਆਮ ਆਦਮੀ ਪਾਰਟੀ ਤਾਂ ਅਕਾਲੀਆਂ ਦੇ ਪਰਿਵਾਰਵਾਦ ਖਿਲਾਫ ਲੜਦੀ ਸੀ ਬਿਲਕੁਲ ਜੀ ਦੀ ਤਾਂ ਸਿਆਸਤ ਹੀ ਪਰਿਵਾਰਵਾਦ ਦੇ ਖਿਲਾਫ ਹੈ ਇਹ ਇੱਕ ਵੱਡਾ ਸਵਾਲ ਖੜਾ ਹੋਊਗਾ ਫਿਰ ਇਹਦੇ ਨਾਲ ਭਗਵੰਤ ਮਾਨ ਦੀ ਸਿਆਸੀ ਇੱਜ਼ਤ ਤੇ ਸਵਾਲ ਖੜਾ ਹੋਊਗਾ ਉਹ ਵਿਰੋਧੀ ਪਾਰਟੀਆਂ ਕਰਨ ਗਿਆ ਆਮ ਆਦਮੀ ਪਾਰਟੀ ਦੇ ਜਿਹੜੇ ਚੋਣ ਵਾਲੇ ਨੇ ਉਹਨਾਂ ਨੂੰ ਇਹ ਗੱਲ ਭਾਵੇਂ ਪੂਰੀ ਨਾ ਲੱਗੇ ਕਿਉਂਕਿ ਭੈਣ ਮਨਪ੍ਰੀਤ ਕੌਰ ਕਾਬਲ ਨੇ ਉਹਨਾਂ ਕੋਲੇ ਇੱਕ ਚੰਗੇ ਸਿਹਤਮੰਦ ਲੀਡਰ ਦੀ ਤਰ੍ਹਾਂ ਉਹਨਾਂ ਕੋਲੇ ਗੁਣ ਹੈਗੇ ਨੇ ਠੀਕ ਹੈ ਕਿ ਉਹ ਭਗਵੰਤ ਮਾਨ ਦੇ ਭੈਣ ਨੇ ਇਸ ਕਰਕੇ ਵਿਰੋਧੀ ਸਵਾਲ ਕਰ ਸਕਦੇ ਨੇ ਪਰ ਨਹੀਂ ਤਾਂ ਆਮ ਆਦਮੀ ਪਾਰਟੀ ਕੋਲੇ ਇਸ ਵਕਤ ਰਾ ਭਗਵੰਤ ਮਾਨ ਦੇ ਪਰਿਵਾਰ ਚੋਂ ਮੈਂਬਰ ਉਮੀਦਵਾਰ ਖੜਾ ਕਰਕੇ ਜਿੱਤ ਦਾ ਆਸਾਨ ਬਣਦਾ ਦਿਖਦਾ ਕਿਉਂਕਿ ਭਗਵੰਤ ਮਾਨ ਦੀ ਆਪਣੀ ਵੀ ਹਰਜੋਤ ਜੀ ਵੱਡੀ ਪ੍ਰਸਿੱਧੀ ਹੈ ਪਰ ਫੈਸਲਾ ਹੁਣ ਆਮ ਆਦਮੀ ਪਾਰਟੀ ਨੇ ਕਰਨਾ ਹੈ ਇਹ ਬਿਲਕੁਲ ਛੋਟਾ ਹੋਏਗਾ ਆਉਣ ਦੇ ਦਿਨਾਂ ਦੇ ਵਿੱਚ ਜਿਹੜੀਆਂ ਚੋਣਾਂ ਨੇ 14 ਮਾਰਚ ਨੂੰ ਭਗਵੰਤ ਮਾਨ ਹੋਣਾ ਨੇ ਅਸਤੀਫਾ ਦਿੱਤਾ ਸੀ ਹੁਣ ਜਦੋਂ ਵੀ ਕੋਈ ਲੋਕ ਸਭਾ ਦੀ ਜਾਂ ਵਿਧਾਨ ਸਭਾ ਦੀ ਸੀਟ ਖਾਲੀ ਹੁੰਦੀ ਹੈ 6 ਮਹੀਨਿਆਂ ਦੇ ਵਿੱਚ ਵਿੱਚ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਉੱਥੇ ਚੋਣ ਕਰਾਈ ਜਾਣੀ ਲਾਜ਼ਮੀ ਹੁੰਦੀ ਹੈ ਸੋ 14 ਮਾਰਚ ਨੂੰ ਅਸਤੀਫਾ ਦਿੱਤਾ ਸੀ ਔਰ 14 ਅਗਸਤ ਨੂੰ 6 ਮਹੀਨੇ ਪੂਰੇ ਹੋ ਜਾਂਦੇ ਨੇ ਸੋ 14 ਅਗਸਤ ਤੋਂ ਪਹਿਲਾਂ-ਪਹਿਲਾਂ ਪਾਕਿਸਤਾਨ ਦੇ ਆਜ਼ਾਦੀ ਦਿਹਾੜੇ 14 ਅਗਸਤ ਭਾਰਤ ਦੇ ਆਜ਼ਾਦੀ ਦਿਹਾੜੇ 15 ਅਗਸਤ ਤੋਂ ਪਹਿਲਾਂ-ਪਹਿਲਾਂ ਚੋਣ ਹੈ ਜਿਹੜੀ ਇਹ ਜ਼ਿਮਨੀ ਚੋਣ ਹੋ ਜਾਣੀ ਹੈ ਹੁਣ ਮੈਂ ਪਾਕਿਸਤਾਨ ਦਾ ਜ਼ਿਕਰ ਕਿਉਂ ਕੀਤਾ ਪਾਕਿਸਤਾਨ ਦਾ ਜ਼ਿਕਰ ਇਸ ਕਰਕੇ ਕੀਤਾ ਕਿ ਪਾਕਿਸਤਾਨ ਵੱਲੋਂ ਲਗਾਤਾਰ ਪੰਜਾਬ 'ਚ ਹਾਲਾਤ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਔਰ ਪਾਕਿਸਤਾਨ ਦੀਆਂ ਇਹ ਕੋਝੀਆਂ ਕੋਸ਼ਿਸ਼ਾਂ ਇਹਨਾਂ ਚੋਣਾਂ ਦੇ ਵਿੱਚ ਵੱਡਾ ਮੁੱਦਾ ਬਣਨਗੀਆਂ ਬੀਜੇਪੀ ਔਰ ਆਮ ਆਦਮੀ ਪਾਰਟੀ ਇਸ ਕੌਮੀਅਤ ਤੇ ਪੰਜਾਬ ਦੇ ਲੈਂਡ ਆਰਡਰ ਤੇ ਪਾਕਿਸਤਾਨ ਤੋਂ ਆਉਣ ਵਾਲੇ ਨਸ਼ੇ ਹਥਿਆਰਾਂ ਇਹਨਾਂ ਸਾਰੇ ਮੁੱਦਿਆਂ ਤੇ ਇੱਕ ਦੂਜੇ ਦੇ ਆਮ ਆਮੋ ਸਾਹਮਣੇ ਹੋਣਗੀਆਂ ਹਾਲਾਂਕਿ ਦੋਵੇਂ ਪਾਰਟੀਆਂ ਰਾਸ਼ਟਰ ਭਗਤ ਨੇ ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਵੀ ਔਰ ਅਕਾਲੀ ਦਲ ਵੀ ਰਾਸ਼ਟਪਕਤ ਹੈ ਕਾਂਗਰਸ ਵੀ ਰਾਸ਼ਟਪਕਤ ਹੈ ਅਸੀਂ ਹੈ ਤਾਂ ਸਾਰੇ ਰਾਸ਼ਟਪਕਤਾਂ ਪਰ ਮੈਂ ਸਿਆਸਤ ਦੇ ਵਿੱਚ ਮੁੱਦਿਆਂ ਦੀ ਚੋਣ ਦੀ ਗੱਲ ਕਰਦਾ ਆਮ ਆਦਮੀ ਪਾਰਟੀ ਔਰ ਬੀਜੇਪੀ ਮੂਲ ਰੂਪ ਚ ਇਹਨਾਂ ਮੁੱਦਿਆਂ ਦੇ ਉੱਤੇ ਆਮਨੇ ਸਾਹਮਨੇ ਹੋਣਗੇ ਕਿਉਂਕਿ ਬੀਜੇਪੀ ਮੁੱਖ ਵਿਰੋਧੀ ਪਾਰਟੀ ਇਲਜ਼ਾਮ ਲਾਇਕ ਜੀ 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 ਬਿਲਕੁਲ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜੇਕਰ ਭਗਵੰਤ ਮਾਨ ਦੀ ਭੈਣ ਮੰਨਪ੍ਰੀਤ ਕੌਰ ਨੂੰ ਸੰਗਰੂਰ ਦੀ ਜ਼ਿਮਨੀ ਚੋਣ ਲਈ ਉਹਨਾਂ ਦਾ ਨਾਂ ਲੈ ਕੇ ਆਇਆ ਜਾਂਦਾ ਤਾਂ ਕਈ ਸਵਾਲ ਖੜੇ ਹੋ ਜਾਂਦੇ ਨੇ ਹਾਲਾਂਕਿ ਸਵਾਲ ਤਾਂ ਆਮ ਆਦਮੀ ਪਾਰਟੀ ਤੇ ਪਹਿਲਾਂ ਵੀ ਖੜੇ ਨੇ ਰਾਜ ਸਭਾ ਨੂੰ ਲੈ ਕੇ ਰਾਜ ਸਭਾ ਦੇ ਜਿਹੜੇ ਚਿਹਰੇ ਪੱਲਾ ਝੁਲੇ ਗਏ ਸੋ ਹੁਣ ਜਿਹੜੇ ਚਿਹਰੇ ਭੇਜਣੇ ਨੇ ਰਾਜ ਸਭਾ ਦੇ ਲਈ ਸਵਾਲ ਇਹ ਖੜਾ ਜਾਂਦਾ ਕਿ ਕੀ ਉਹ ਹੁਣ ਮੈਂਬਰ ਪੰਜਾਬ ਤੋਂ ਹੋਣਗੇ ਜਾਂ ਫਿਰ ਇੱਕ ਪ੍ਰੈਸ਼ਰ ਇੱਕ ਦਬਾਅ ਆਮ ਆਦਮੀ ਪਾਰਟੀ ਤੇ ਹੈ ਕਿ ਉਹ ਦਿੱਲੀ ਤੋਂ ਚਾਰੇ ਲੈ ਕੇ ਆਣਗੇ ਕਿ ਪੰਜਾਬ ਦੇ ਚਿਹਰੇ ਆਉਣਗੇ ਇੱਕ ਵੱਡਾ ਸਵਾਲ ਆਮ ਆਦਮੀ ਪਾਰਟੀ ਲਈ ਪਹਿਲਾਂ ਤੋਂ ਹੀ ਖੜਾ ਹੈ ਬਿਲਕੁਲ ਜੀ ਮੈਂ ਭਾਜਪੀ ਨੂੰ ਮੁੱਖ ਵਿਰੋਧੀ ਪਾਰਟੀ ਇਸ ਕਰਕੇ ਕਿਹਾ ਕਿ ਲੋਕ ਸਭਾ ਚ ਭਾਜਪੀ ਮੈਨੂੰ ਲੱਗਦਾ ਮੁੱਖ ਵਿਰੋਧੀ ਪਾਰਟੀ ਹੈ ਕਿਉਂਕਿ ਉਹ ਉੱਥੇ ਸੱਤਾ ਚ ਹੈ ਉਹ ਆਦਮੀ ਪਾਰਟੀ ਦੀ ਮੁੱਖ ਵਿਰੋਧੀ ਪਾਰਟੀ ਲੋਕ ਸਭਾ ਚੋਂ ਚ ਆਪਾਂ ਕਹਿ ਸਕਦੇ ਹਾਂ ਹੁਣ ਜਿਹੜਾ ਤੁਹਾਡਾ ਸਵਾਲ ਹੈ ਇਹ ਹੋਰ ਵੱਡਾ ਸਵਾਲ ਹੈ ਇਹ ਜ਼ਿਮਨੀ ਚੋਣ ਦੇ ਚੋਣ ਉਮੀਦਵਾਰ ਦੀ ਚੋਣ ਤੋਂ ਪਹਿਲਾਂ ਇੱਕ ਬਹੁਤ ਵੱਡਾ ਸਵਾਲ ਹੈ ਬਿਲਕੁਲ ਜਿਹੜੀ ਚੋਣ ਦੇ ਉਮੀਦਵਾਰ ਲਈ ਹਜੇ ਵਕਤ ਹੈ ਹਮ ਜਿਹੜੀ ਰਾਜ ਸਭਾ ਦੀਆਂ ਚੋਣਾਂ ਨੇ 31 ਮਈ ਤੱਕ 31 ਮਈ ਤੱਕ ਹਰ ਹਾਲਤ ਦੇ ਵਿੱਚ ਉਮੀਦਵਾਰ ਦਾ ਨਾਮ ਭਾਰਤੀ ਚੋਣ ਕਮਿਸ਼ਨ ਨੂੰ ਦੇਣਾ ਪੈਣਾ ਸੋ ਅੱਜ 24 ਮਈ ਹੋ ਗਏ ਦਿਨ 6 ਜਾਂ 7 ਰਹਿ ਗਏ ਹੁਣ ਮਈ 30 ਦੀ ਹੁੰਦੀ ਹੈ ਜਾਂ 31 ਦੀ ਇਹ ਆਪਾਂ ਹਿਸਾਬ ਲਗਾ ਲਾਂਗੇ ਸੋ ਦਿਨ 6 ਜਾਂ 7 ਰਹਿ ਗਏ ਇਹ ਨਾਮ ਦੇਣੇ ਪੈਣੇ ਨੇ ਰਾਜ ਸਭਾ ਦੀਆਂ ਦੋ ਸੀਟਾਂ ਲਈ ਕਾਂਗਰਸ ਅਕਾਲੀ ਦਲ ਪੰਜਾਬ ਚ ਬੀਜੇਪੀ ਮੈਨੂੰ ਲੱਗਦਾ ਇਹਨਾਂ ਨੇ ਨਾਮ ਵੀ ਨਹੀਂ ਦੇਣੇ ਕਿਉਂਕਿ ਇਹਨਾਂ ਨੂੰ ਪਤਾ ਹੈ ਸਾਡਾ ਕਿਤਨਾ بڑا ਔਖਾ ਹੈ ਸੋ ਦੋ ਦੇ ਦੋ ਰਾਜ ਸਭਾ ਮੈਂਬਰ ਬੜੀ ਆਸਾਨੀ ਨਾਲ ਆਮ ਆਦਮੀ ਪਾਰਟੀ ਦੇ ਬਣਨਗੇ ਹਰਜੋਤ ਜੀ ਹੁਣ ਅਗਲੇ 6-7 ਦਿਨਾਂ ਦੇ ਵਿੱਚ ਉਹ ਕਿਹੜੇ ਨਾਮ ਸਾਹਮਣੇ ਆਉਣਗੇ ਇਹ ਬੜੀ ਦਿਲਚਸਪ ਸਥਿਤੀ ਰਹੇਗੀ ਪਰ ਮੇਰੀ ਗੁਜ਼ਾਰਿਸ਼ ਹਮੇਸ਼ਾ ਹੀ ਹੈ ਇੱਕ ਪੰਜਾਬੀ ਹੋਣ ਦੇ ਨਾਤੇ ਕਿ ਆਮ ਆਦਮੀ ਪਾਰਟੀ ਇੱਕ ਕਿਸਾਨ ਨੂੰ ਰਾਜ ਸਭਾ ਚ ਭੇਜੇ ਭਾਵੇਂ ਆਪਣੀ ਪਾਰਟੀ ਚੋਂ ਕਿਸੇ ਵਲੰਟੀਅਰ ਨੂੰ ਭੇਜੇ ਭਾਵੇਂ ਪਾਰਟੀ ਚੋਂ ਕਿਸੇ ਕਿਸਾਨ ਵਿੰਗ ਦੇ ਲੀਡਰ ਨੂੰ ਭੇਜੇ ਭਾਵੇਂ ਪੰਜਾਬ ਦੀ ਕਿਸੇ ਕਿਸਾਨ ਜੱਥੇਬੰਦੀ ਦੇ ਆਗੂ ਨੂੰ ਭੇਜੇ ਤੇ ਇੱਕ ਕੋਈ ਐਨ ਆਰ ਆਈ ਜ਼ਰੂਰ ਭੇਜਿਆ ਜਾਵੇ ਖੁਸ਼ੀ ਖੁਸ਼ੀ ਉਸ ਐਨ ਆਰ ਆਈ ਨੇ ਕੈਨੇਡਾ ਤੋਂ ਭੇਜ ਲਓ ਇੰਗਲੈਂਡ ਤੋਂ ਭੇਜ ਲਓ ਅਮਰੀਕਾ ਕਿਤੋਂ ਵੀ ਭੇਜ ਲਓ ਖੁਸ਼ੀ ਖੁਸ਼ੀ ਉਸ ਐਨ ਆਰ ਆਈ ਨੇ ਉਸ ਮੁਲਕ ਦੀ ਨਾਗਰਿਕਤਾ ਤਿਆਗ ਦੇਣੀ ਹੈ ਇਹਦੇ ਪਿੱਛੇ ਮੈਂ ਸੋਚਦਾ ਹੁੰਨਾ ਕਈ ਵਾਰੀ ਹਰਜੋਤ ਜੀ ਜਦੋਂ ਮੈਂ ਯੂਕੇ ਦੀ ਪਾਰਲੀਮੈਂਟ ਦੇਖਦਾ ਜਦੋਂ ਮੈਂ ਕੈਨੇਡਾ ਦੀ ਪਾਰਲੀਮੈਂਟ ਦੇਖਦਾ ਯਾਰ ਮੈਂ ਕਿਸੇ ਹੋਰ ਮੁਲਕ ਦੇ ਸਿਆਸੀ ਲੀਡਰ ਦੇਖਦਾ ਤੇ ਮੈਨੂੰ ਪੰਜਾਬੀ ਖਾਸ ਤੌਰ ਤੇ ਪਗੜੀ ਧਾਰੀ ਹਰ ਥਾਂ ਤੇ ਨਜ਼ਰ ਆਉਂਦੇ ਹੂੰ ਕਿਸੇ ਮੁਲਕ ਦੀ ਪਾਰਲੀਮੈਂਟ ਦੇਖ ਲਓ ਲਗਭਗ ਸਾਰੇ ਵੱਡੇ ਮੁਲਕਾਂ ਚ ਪਗੜੀ ਧਾਰੀ ਰਿਪਰੈਜ਼ੈਂਟੇਟਿਵ ਸਾਨੂੰ ਦਿਖਦੇ ਨੇ ਹੂੰ ਤੇ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਰਾਜ ਸਭਾ ਦੀਆਂ ਲੋਕ ਸਭਾ ਦੀ ਤੇ ਵਿਦੇਸ਼ਾ ਮੁਕਾਬਲੇ ਬਹੁਤੀ ਵਾਰੀ ਸਾਡੇ ਗਿਣਤੀ ਘੱਟ ਹੁੰਦੀ ਹੈ ਹੂੰ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਰਾਜ ਸਭਾ ਦੇ ਵਿੱਚ ਅਗਰ ਆਮ ਆਦਮੀ ਪਾਰਟੀ ਕਿਸੇ ਐਨ ਆਰ ਆਈ ਭਰਾ ਨੂੰ ਭੇਜ ਦੇ ਤੇ ਉਹਦੇ ਨਾਲ ਆਮ ਆਦਮੀ ਪਾਰਟੀ ਦੀ ਇੱਜ਼ਤ ਹੋਰ ਵਧੇਗੀ ਔਰ ਆਮ ਆਦਮੀ ਪਾਰਟੀ ਇੱਕ ਦੇਣ ਇੱਕ ਇੱਕ ਮੋੜਾ ਮੋੜ ਦੇਗੀ ਕਿਉਂਕਿ ਸਭ ਤੋਂ ਪਹਿਲਾਂ ਕੈਨੇਡਾ ਅਮਰੀਕਾ ਯੂਕੇ ਤੋਂ ਆਮ ਆਦਮੀ ਪਾਰਟੀ ਦੀ ਲਹਿਰ ਤੇ ਵਿੱਤੀ ਮਦਦ ਸ਼ੁਰੂ ਹੋਈ ਸੀ ਹਾਲਾਂਕਿ ਇੰਡੀਆ ਦੇ ਲੋਕਾਂ ਨੇ ਵੀ ਵਿੱਤੀ ਮਦਦ ਦਿੱਤੀ ਪਰ ਇਹ ਫੈਸਲਾ ਦਾ ਆਮ ਆਦਮੀ ਪਾਰਟੀ ਨਹੀਂ ਕਰਨਾ ਇਹ ਜਿਹੜੇ ਦੋ ਲੋਕਾਂ ਦੀ ਚੋਣ ਹੈ ਨਾ ਜੀ ਇਹ ਆਮ ਆਦਮੀ ਪਾਰਟੀ ਲਈ ਇਸ ਵਕਤ ਵਰਪਗਵੰਤਮਾਨ ਲਈ ਅਗਨੀ ਪ੍ਰੀਖਿਆ ਪੰਜਾਬੀ ਚ ਜਿਹਨੂੰ ਕਹਿੰਦੇ ਆ ਅੱਗ ਵਰਗੀ ਪ੍ਰੀਖਿਆ ਜੀ ਬਿਲਕੁਲ ਦਿਲਾ ਜੀ ਜੋ ਪਿਛਲੇ ਕੁਝ ਦਿਨਾਂ ਤੋਂ ਨਾ ਬੜੀ ਖਬਰ ਚੱਲ ਰਹੀ ਸੀ ਕਿ ਪੰਜਾਬ ਦੇ ਵਿੱਚ ਜੋ ਮੁਫਤ ਬਸ ਸੇਵਾ ਮਹਿਲਾਵਾਂ ਦੇ ਲਈ ਸੀ ਉਸ ਨੂੰ ਖਤਮ ਕਰ ਦਿੱਤਾ ਗਿਆ ਪਰ ਪੰਜਾਬ ਦੇ ਜੋ ਟ੍ਰਾਂਸਪੋਰਟ ਮੰਤਰੀ ਨੇ ਉਹਨਾਂ ਨੇ ਇਸ ਗੱਲ ਨੂੰ ਸਾਫ਼ ਕੀਤਾ ਉਹਨਾਂ ਕਿਤੇ ਨਾ ਕਿਤੇ ਕਿ ਉਹ ਕਹਿੰਦੇ ਨੇ ਕਿ ਸਿਰਫ ਅਫਵਾਹ ਸੀ ਇਹ ਜਿਹਾ ਕੁਝ ਨਹੀਂ ਹੈ ਜੋ ਮੁਫਤ ਬਸ ਸਫਰ ਹੈ ਮਹਿਲਾਵਾਂ ਦੇ ਲਈ ਉਹ ਇਸੇ ਤਰੀਕੇ ਨਾਲ ਜਾਰੀ ਰਹੇਗਾ ਇਸ ਨੂੰ ਕਿਸ ਤਰੀਕੇ ਨਾਲ ਵੇਖਦੇ ਆ ਕਿ ਵਾਕਈ ਅਫਵਾਹ ਸੀ ਜਾਂ ਫਿਰ ਆਉਂਦੀਆਂ ਚੋਣਾਂ ਨੂੰ ਵੇਖ ਕੇ ਇਹ ਸਟੈਪ ਬੈਕ ਉਹਨਾਂ ਨੂੰ ਕਰਨਾ ਪਿਆ ਦੇਖੋ ਇਹ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਸਾਡੀਆਂ ਮਹਿਲਾਵਾਂ ਔਰਤਾਂ ਬਜ਼ੁਰਗ ਬੀਬੀਆਂ ਛੋਟੀਆਂ ਭੈਣਾਂ ਸਾਰੀਆਂ ਬੱਸਾਂ 'ਚ ਮੁਫਤ ਬਸ ਯਾਤਰਾ ਕਰ ਸਕਣਗੀਆਂ ਜਰਤਨ ਮਨਿੰਦਰ ਜੀ ਸਰਕਾਰ ਸੀ ਜਿਹੜੀ ਉਹਦੇ ਦੋ ਕੰਮ ਵੱਡੇ ਸੀ ਜੀ ਇੱਕ ਤਾਂ ਲਾਂਡ ਆਰਡਰ ਚੰਗਾ ਰਿਆ ਹੁਣ ਦੇ ਮੁਕਾਬਲੇ ਚੰਗਾ ਰਿਆ ਕਾਂਗਰਸ ਦੇ ਰਾਜ ਜੀ ਦੂਸਰਾ ਜਿਹੜੀ ਮੁਫਤ ਬੱਸ ਸੇਵਾ ਉਹਨਾਂ ਨੇ ਸ਼ੁਰੂ ਕੀਤੀ ਤੇ ਦੋਵੇਂ ਕੰਮ ਚੰਗੇ ਸੀ ਇੱਕ ਤੀਸਰਾ ਕੰਮ ਸੀ ਬਹੁਤ ਵੱਡਾ ਹੋਇਆ ਕੈਪਟਨ ਮਰਿੰਦਰ ਜੀ ਸਰਕਾਰ ਚ ਸ਼੍ਰੀ ਕਰਤਾਰਪੁਰ ਸਾਹਿਬ ਦਾ ਜਿਹੜਾ ਲੰਘਾ ਖੁੱਲਿਆ ਸੀ ਹਾਲਾਂਕਿ ਉਹਦਾ ਸਿਹਰਾ ਜਿਹੜਾ ਹੈ ਉਹ ਨਵਜੋਤ ਸਿੰਘ ਸਿੱਧੂ ਹੁਣਾਂ ਨੂੰ ਜਾਂਦਾ ਹੈ ਜੀ ਜ਼ਿਆਦਾਤਰ ਕਿਉਂਕਿ ਉਹ ਨਵਜੋਤ ਸਿੰਘ ਸਿੱਧੂ ਔਰ ਇਮਰਾਨ ਖਾਨ ਦਾ ਸਾਂਝਾ ਉਦਦਮ ਨਜ਼ਰ ਆਇਆ ਹਾਲਾਂਕਿ ਨਰਿੰਦਰ ਮੋਦੀ ਜੀ ਦਾ ਵੀ ਯੋਗਦਾਨ ਸੀ ਕਿਉਂਕਿ ਜਦ ਤੱਕ ਭਾਰਤ ਦੇ ਪ੍ਰਧਾਨ ਮੰਤਰੀ ਹਰੀ ਚੰਡੀ ਨਹੀਂ ਦੰਦੇ ਤਦ ਤੱਕ ਲੰਘਾ ਨਹੀਂ ਸੀ ਖੁੱਲਣਾ ਪਰ ਲੋਕ ਨਵਜੋਤ ਸਿੰਘ ਸਿੱਧੂ ਨੂੰ ਉਹਦਾ ਸਿਹਰਾ ਜ਼ਿਆਦਾ ਦੰਦੇ ਨੇ ਚਲੋ ਸਿੱਧੂ ਫੇਰ ਗੱਲਬਾਤ ਦੇ ਵਿੱਚ ਵੜਿਆ ਆ ਕਿਉਂਕਿ ਪਿਛਲੀ ਸਰਕਾਰ ਦੇ ਮੈਂ ਵੱਡੇ ਕੰਮਾਂ ਦਾ ਜ਼ਿਕਰ ਕਰ ਰਿਹਾ ਸੀ ਹੁਣ ਇਹ ਚੰਗਾ ਫੈਸਲਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਔਰ ਇਹ ਵੀ ਕਹਿ ਦਿੱਤਾ ਜਿਹੜੇ ਟਰਾਂਸਪੋਰਟ ਮੰਤਰੀ ਹੈ ਲਾਲਜੀਤ ਸਿੰਘ ਭੁੱਲਰ ਕਿ ਸੋਸ਼ਲ ਮੀਡੀਆ ਤੇ ਇਹ ਅਫਵਾਹਾਂ ਸੀ ਸੋ ਇਹ ਗੱਲ ਸਾਫ਼ ਹੋ ਗਈ ਕਿ ਇਹ ਪੰਜਾਬ ਸਰਕਾਰ ਦਾ ਫੈਸਲਾ ਨਹੀਂ ਸੀ ਉਹ ਮਹਿਜ਼ ਅਫਵਾਹਾਂ ਸੀ ਔਰ ਅਫਵਾਹਾਂ ਤੋਂ ਸਾਨੂੰ ਬਚਣਾ ਚਾਹੀਦਾ ਸੋ ਇਹ ਬਹੁਤ ਇੱਕ ਚੰਗੀ ਸਹੂਲਤ ਹੈ ਜਿਹੜੀ ਕੈਪਟਨ ਅਮਰਿੰਦਰ ਦੇ ਕੇ ਗਏ ਸੀ ਬਹੁਤ ਸਾਰੀਆਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਹਰਜੋਤਜੀ ਸਾਡੀਆਂ ਮਾਤਾਵਾਂ ਭੈਣਾਂ ਨੇ ਜਿਨ੍ਹਾਂ ਦੇ ਲਈ ਰਿਸ਼ਤੇਦਾਰੀਆਂ 'ਚ ਆਣਾ ਜਾਣਾ ਬਹੁਤ ਜ਼ਿਆਦਾ ਆਸਾਨ ਹੋ ਗਿਆ ਇਹਦੇ ਕਰਕੇ ਕਿਉਂਕਿ ਬੱਸ ਦਾ ਸਫ਼ਰ ਮੁਫਤ ਹੈ ਕਿਉਂਕਿ ਕਈ ਵਾਰੀ ਮੈਂ ਆਪਣੀ ਗੱਲ ਦੱਸ ਦਿੰਦਾ ਕਈ ਵਾਰੀ ਮੇਰੇ ਕੋਲੇ ਵੀ ਜ਼ਿੰਦਗੀ 'ਚ ਕਿਰਾਏ ਲਈ ਪੈਸੇ ਨਹੀਂ ਸੀ ਹੁੰਦੇ ਤੇ ਸੋਚਦੇ ਰਹੀਦੇ ਰਹੀਦਾ ਸੀ ਵੀ ਕਦੋਂ ਜਾਵਾਂਗੇ ਨਹੀਂ ਜਾਂਦਾ ਜੋ ਹੁਣ ਵੀ ਬਹੁਤ ਸਾਰੀ ਸਾਡੀ ਵਸੋਂ ਹੈ ਜੀ ਹੈ ਸਾਡੀਆਂ ਮਤਾਵਾਂ ਪੈਣਾਂ ਜਿਨ੍ਹਾਂ ਕੋਲੇ ਕਿਸੇ ਨਾ ਕਿਸੇ ਕਾਰਨ ਕਿਰਾਇਆ ਨਹੀਂ ਹੁੰਦਾ ਔਰ ਇਹ ਬਹੁਤ ਵੱਡੀ ਸਹੂਲਤ ਹੈ ਇਹ ਕਹਿਣ ਨੂੰ ਸਹੂਲਤ ਛੋਟੀ ਹੋ ਸਕਦੀ ਹੈ ਪਰ ਇਹ ਬਹੁਤ ਵੱਡੀ ਸਹੂਲਤ ਹੈ ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ ਸੋ ਇਹ ਜੋ ਸੇਵਾ ਹੈ ਇਸੇ ਤਰੀਕੇ ਨਾਲ ਜਾਰੀ ਰਹਿਣ ਵਾਲੀ ਹੈ ਪੰਜਾਬ ਦੇ ਵਿੱਚ ਅੱਗੋਂ ਗੱਲ ਕਰੀਏ ਤਾਂ ਬੰਦੀ ਸੇ ਕੈਦਿਆਂ ਦੀ ਰਿਹਾਈ ਲਈ ਜੋ ਕਮੇਟੀ ਬਣਾਈ ਗਈ ਸੀ ਉਹ ਵੀ ਕਿਤੇ ਨਾ ਕਿਤੇ ਸਿਆਸਤ ਦਾ ਸ਼ਿਕਾਰ ਹੋਈ ਨਜ਼ਰ ਆ ਰਹੀ ਹੈ ਸੁਖਬੀਰ ਬਾਦਲ ਦੇ ਨਾਂ ਨੂੰ ਲੈ ਕੇ ਕਾਫੀ ਜੋ ਹੈ ਵਿਰੋਧੀ ਆਵਾਜ਼ਾਂ ਆ ਰਹੀਆਂ ਨੇ ਕਿ ਉਹਨਾਂ ਨੂੰ ਇਸ ਕਮੇਟੀ ਵਿੱਚ ਨਹੀਂ ਹੋਣਾ ਚਾਹੀਦਾ ਕਿਵੇਂ ਦੇਖਦੇ ਹੋ ਇਸ ਪੂਰੇ ਮਾਮਲੇ ਨੂੰ ਸੁਖਬੀਰ ਬਾਦਲ ਦੇ ਨਾਂ ਤੇ ਜੋ ਵਿਰੋਧ ਜਤਾਇਆ ਜਾ ਰਿਹਾ ਇਸ ਨੂੰ ਕਿਵੇਂ ਦੇਖਦੇ ਹੋ ਹਰਜੋਤ ਜੀ ਜਿਹੜਾ ਇਹ ਸਵਾਲ ਹੈ ਇਹ ਬਹੁਤ ਅਹਿਮ ਹੈ ਜਿਹੜੀ ਤੁਸੀਂ ਗੱਲ ਕੀਤੀ ਦੇਖੋ ਬੰਦੀ ਸਿੱਖਾਂ ਦੀ ਰਿਹਾਈ ਲਈ ਜਿਹੜੀ ਕਮੇਟੀ ਬਣੀ ਸੀ ਉਹਦਾ ਉਦੇਸ਼ ਇਹ ਮੰਨਿਆ ਗਿਆ ਸੀ ਕਿ ਸਿੱਖ ਪੰਥ ਇਕੱਠਾ ਹੋਵੇ ਸਿੱਖ ਸੰਗਠਨ ਇਕੱਠੇ ਹੋ ਕੇ ਸਿੱਖਾਂ ਦੇ ਮੁੱਦਿਆਂ ਦੇ ਉੱਤੇ ਲੜਾਈ ਲੜਨ ਤਾਂ ਕਿ ਬੰਦੀ ਸਿੱਖਾਂ ਦੀ ਰਿਹਾਈ ਹੋ ਸਕੇ ਔਰ ਕਿਤਨਾ ਕਿਤੇ ਇਹਦੇ ਨਾਲ ਅਕਾਲੀ ਦਲ ਵੀ ਤਕੜਾ ਹੋ ਸਕੇ ਔਰ ਸਾਰੇ ਸਿੱਖ ਸੰਗਠਨ ਸੰਗਠਿਤ ਹੋ ਕੇ ਅੱਗੇ ਵਧ ਸਕਣ ਇਹ ਉਦੇਸ਼ ਕਿਤਨਾ ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੀ ਕਿਉਂਕਿ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਤਿੰਨ ਸੀਟਾਂ ਤੇ ਪਛੜ ਗਿਆ ਸੀ ਦੂਸਰੇ ਅਕਾਲੀ ਧੜਿਆਂ ਨੂੰ ਵੋਟਾਂ ਨਹੀਂ ਸੀ ਪਈਆਂ ਜ਼ਿਆਦਾ ਉਹਨਾਂ ਦੀਆਂ ਸੀਟਾਂ ਨਹੀਂ ਆਈਆਂ ਕਿਤਨਾ ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਿੰਤਤ ਸੀ ਕਿ ਪੰਜਾਬ ਚ ਜਿਹੜਾ ਸਿੱਖਾਂ ਦੀ ਬਹੁਗਿਣਤੀ ਵਾਲਾ ਸੂਬਾ ਹੈ ਸਿੱਖ ਸਿਆਸਤ ਕਿਤੇ ਪਿੱਛੜ ਨਾ ਜਾਵੇ ਜਿੱਥੇ ਗੱਲ ਰਾਜ ਦੇ ਪ੍ਰਬੰਧ ਦੀ ਆਉਂਦੀ ਹੈ ਸੋ ਇਸ ਕਰਕੇ ਇਹ ਇੱਕ ਵੱਡਾ ਮੁੱਦਾ ਸੀ ਬੰਦੀ ਸਿੱਖਾਂ ਦੀ ਰਿਹਾਈ ਔਰ ਇਸ ਮੁੱਦੇ ਤੇ ਸਾਰਿਆਂ ਦੇ ਇਕੱਠੇ ਹੋਣ ਦੀ ਸੰਭਾਵਨਾ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਜਿਹੜੀ ਇਹ ਕਮੇਟੀ ਬਣਾਈ ਗਈ ਸੀ ਜੀਚ ਪਹਿਲਾਂ 9 ਮੈਂਬਰ 2 ਮੈਂਬਰ ਫੇਰ ਜੋੜੇ ਗਏ ਇਹਦੇ ਚ ਵੀ ਸਿਆਸਤ ਹੁੰਦੀ ਨਜ਼ਰ ਆ ਰਹੀ ਹੈ ਕੱਲ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਵਿੱਚ ਪਰਮਿੰਦਰ ਸਿੰਘ ਢੀਂਡਸਾ ਨੂੰ ਮੁੱਖ ਬੁਲਾਰਾ ਬਣਾਇਆ ਗਿਆ। ਉਹਨਾਂ ਨੇ ਵੀ ਕਿਤੇ ਨਾ ਕਿਤੇ ਸੁਖਬੀਰ ਸਿੰਘ ਬਾਦਲ ਨੂੰ ਇਸ ਕਮੇਟੀ 'ਚ ਉਹਨਾਂ ਦੀ ਸ਼ਮੂਲੀਅਤ ਤੇ ਉਹਨਾਂ ਨੇ ਵੀ ਸਵਾਲ ਇੱਕ ਤਰੀਕੇ ਨਾਲ ਖੜਾ ਕੀਤਾ। ਦਿੱਲੀ 'ਚ ਹਰਮੀਤ ਸਿੰਘ ਕਾਲਕਾ ਹੋਰਾਂ ਨੇ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਨੇ ਵੀ ਕਿਤੇ ਨਾ ਕਿਤੇ ਸਵਾਲ ਖੜੇ ਕੀਤੇ ਸੁਖਬੀਰ ਸਿੰਘ ਬਾਦਲ ਦੀ ਸ਼ਮੂਲੀਅਤ ਨੂੰ। ਔਰ ਜਿਹੜੇ ਸਰਨਾ ਸਾਹਿਬ ਸ਼ਾਮਿਲ ਕੀਤੇ ਗਏ ਨੇ ਉਹਨਾਂ ਦੀ ਸ਼ਮੂਲੀਅਤ ਤੇ ਵੀ ਸਵਾਲ ਖੜੇ ਕੀਤੇ ਗਏ ਉਹਨਾਂ ਦਾ ਇਹ ਕਹਿਣਾ ਸੀ ਕਿ ਸਰਨਾਪ੍ਰਾਤਾ ਸ਼੍ਰੋਮਣੀ ਅਕਾਲੀ ਦਲ ਨੂੰ ਪੋਲਿਟੀਕਲ ਪਾਰਟੀ ਮੰਨਦੇ ਸੀ ਤੇ ਹੁਣ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਣਾਈ ਕਮੇਟੀ 'ਚ ਸੁਖਬੀਰ ਬਾਦਲ ਦੇ ਨਾਲ ਉਹ ਕਮੇਟੀ ਦੇ ਵਿੱਚ ਸਾਂਝੇ ਮੈਂਬਰ ਨੇ ਸੋ ਇਸ ਤਰੀਕੇ ਦੀਆਂ ਜਿਹੜੀਆਂ ਟਿੱਪਣੀਆਂ ਨੇ ਉਹ ਬੜੀਆਂ ਆ ਰਹੀਆਂ ਨੇ ਪਰ ਮੈਨੂੰ ਇਹ ਲੱਗਦਾ ਹੈ ਕੀ ਬੰਦੀ ਸਿੱਖਾਂ ਦੀ ਰਿਹਾਈ ਦਾ ਜਿਹੜਾ ਮਸਲਾ ਹੈ ਉਹ ਬਹੁਤ ਵੱਡਾ ਹੈ ਇਹ ਕਮੇਟੀ ਦੇ ਆਲੇ ਦੁਆਲੇ ਅਗਰ ਸਿਆਸਤ ਘੁਮੇਗੀ ਕਿਤੇ ਨਾ ਕਿਤੇ ਬੰਦੀ ਸਿੱਖਾਂ ਦੀ ਰਿਹਾਈ ਦਾ ਮੁੱਦਾ ਦੁਬਾਰਾ ਪਿੱਛੇ ਨਾ ਰਹਿ ਜਾਏ ਔਰ ਇਹ ਬੜਾ ਜ਼ਰੂਰੀ ਮੁੱਦਾ ਹੈ ਜਿਹਦੇ ਤੇ ਇਸ ਕਮੇਟੀ ਨੂੰ ਸਿਆਸਤ ਨੂੰ ਜਾਂ ਸਿਆਸਤ ਨਾਲ ਜੁੜੇ ਪੁਰਾਣੇ ਮੁੱਦਿਆਂ ਨੂੰ ਲਾਂਬੇ ਕਰਕੇ ਅੱਗੇ ਵਧਣਾ ਚਾਹੀਦਾ ਹੈ ਤੇ ਜੋ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਗੱਲ ਕੀਤੀ ਸੀ ਕਿ ਸਾਰੀਆਂ ਖਬਰਾਂ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਬਾਰੇ ਵੀ ਜ਼ਰੂਰ ਚਰਚਾ ਕਰਨੀ ਬਣਦੀ ਹੈ ਕਿਉਂਕਿ ਸਾਡੇ ਜੋ ਦਰਸ਼ਕ ਜਿਹੜੇ ਹੁੰਦੇ ਨੇ ਉਹ ਹਰ ਵਾਰ ਹੀ ਸਵਾਲ ਕਰਦੇ ਨੇ ਤੇ ਹੁਣ ਜਿਵੇਂ ਕਿ ਉਹਨਾਂ ਦੀ ਸਿਹਤ ਸੰਬੰਧੀ ਗੱਲਾਂ ਚੱਲ ਰਹੀਆਂ ਨੇ ਇਸ ਕਰਕੇ ਸਭ ਨੂੰ ਸਵਾਲ ਹੈ ਕਿ ਹੁਣ ਕੀ ਤਾਜ਼ਾ ਅਪਡੇਟ ਹੈ ਦੇਖੋ ਵੱਡਾ ਅਪਡੇਟ ਇਹ ਹੈ ਵੀ ਕੱਲ ਉਹਨਾਂ ਦਾ ਮੈਡੀਕਲ ਹੋ ਗਿਆ ਸੀ ਔਰ ਮੈਡੀਕਲ ਬੋਰਡ ਬਣਿਆ ਸੀ ਇੱਕ ਉਹਦੇ ਵਿੱਚ ਤਿੰਨ ਡਾਕਟਰ ਸੀ ਇੱਕ ਸੀਨੀਅਰ ਡਾਈਟੀਸ਼ਨ ਸੀ ਜਿਹੜੇ ਦੱਸਦੇ ਨੇ ਵੀ ਤੁਸੀਂ ਸਲਾਦ ਕਿੰਨੀ ਖਾਣੀ ਐ ਤੁਸੀਂ ਸਬਜ਼ੀ ਕਿਹੜੀ ਖਾਣੀ ਐ ਔਰ ਇੱਕ ਕਾਰਡੀਓ ਕਾਰਡੀਓਲੋਜਿਸਟ ਸੀ ਜਿਹੜੇ ਕਿ ਦਿਲ ਨਾਲ ਸੰਬੰਧਿਤ ਰੋਗਾਂ ਦੇ ਮਾਹਰ ਹੁੰਦੇ ਨੇ ਔਰ ਨਾੜੀਆਂ ਨਾਲ ਸੰਬੰਧਿਤ ਰੋਗਾਂ ਦੇ ਮਾਹਰ ਹੁੰਦੇ ਨੇ ਔਰ ਇੱਕ ਸੀਗੇ ਉਹਦੇ ਵਿੱਚ ਮੈਡੀਸਨ ਦੇ ਡਾਕਟਰ ਜਿਹੜੇ ਸਰੀਰ ਦੀਆਂ ਸਾਰੀਆਂ ਗਤੀਵਿਧੀਆਂ ਮੋਨੀਟਰ ਕਰਦੇ ਨੇ ਖੂਨ ਦਾ ਦਬਾਅ ਕਿੰਨਾ ਐ ਬਲੱਡ ਪ੍ਰੈਸ਼ਰ ਕਿਵੇਂ ਐ ਸ਼ੂਗਰ ਕਿਵੇਂ ਐ ਸਟ੍ਰੈਸ ਲੈਵਲ ਕਿਵੇਂ ਐ ਔਰ ਕੱਲ ਉਹਨਾਂ ਦੇ ਕਈ ਤਰ੍ਹਾਂ ਦੇ ਟੈਸਟ ਹੋਏ ਉਹਨਾਂ ਦਾ ਯੂਰਿਨ ਦਾ ਟੈਸਟ ਹੋਇਆ ਉਹਨਾਂ ਦਾ ਅਲਟਰਾਸਾਉਂਡ ਹੋਇਆ ਉਹਨਾਂ ਦਾ ਅ ਬਲੱਡ ਦਾ ਟੈਸਟ ਹੋਇਆ ਬਲੱਡ ਦੇ ਸੈਂਪਲ ਲਏ ਗਏ ਉਹਨਾਂ ਦੇ ਲੀਵਰ ਦਾ ਟੈਸਟ ਹੋਇਆ ਅ ਈਸੀਜੀ ਕੀਤੀ ਗਈ ਸੋ ਕਈ ਤਰ੍ਹਾਂ ਦੇ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਕੱਲ ਟੈਸਟ ਹੋਏ ਉਹਨਾਂ ਟੈਸਟਾਂ ਦੀਆਂ ਰਿਪੋਰਟਾਂ ਔਰ ਜਿਹੜੇ ਡਾਈਟੀਸ਼ਨ ਨੇ ਉਹਨਾਂ ਦੀ ਸਲਾਹ ਦੇ ਮੁਤਾਬਕ ਜਿਹੜਾ ਇਹ ਮੈਡੀਕਲ ਬੋਰਡ ਹੈ ਇਹ ਆਪਣੀ ਮੁਕੰਮਲ ਰਿਪੋਰਟ ਹਨਰੇਬਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਪਟਿਆਲਾ ਦੀ ਅਦਾਲਤ ਦੇ ਵਿੱਚ ਸੌਂਪਣਗੇ ਔਰ ਉਸ ਤੋਂ ਬਾਅਦ ਜਿਹੜੀ ਉਥੋਂ ਦੀ ਅਦਾਲਤ ਹੈ ਉਹ ਇਹ ਦੇਖੇਗੀ ਕਿ ਮੈਡੀਕਲ ਬੋਰਡ ਵੱਲੋਂ ਕੀ ਸਲਾਹ ਦਿੱਤੀ ਗਈ ਹੈ ਔਰ ਮੈਡੀਕਲ ਬੋਰਡ ਦੀ ਸਲਾਹ ਨੂੰ ਹੀ ਜੇਲ੍ਹ ਦੇ ਵਿੱਚ ਲਾਗੂ ਕਰਨ ਦਾ ਹੁਕਮ ਅਦਾਲਤ ਵੱਲੋਂ ਦਿੱਤਾ ਜਾ ਸਕਦਾ ਹੈ ਔਰ ਮੈਡੀਕਲ ਬੋਰਡ ਇੱਕ ਤਾਂ ਸਲਾਹ ਦੇਗਾ ਕਿ ਉਹਨਾਂ ਦੇ ਟੈਸਟਾਂ ਦੀਆਂ ਰਿਪੋਰਟਾਂ ਕੀ ਨੇ ਕੀ ਰਿਪੋਰਟਾਂ ਚੰਗੀਆਂ ਨੇ ਜਾਂ ਨੁਕਸਦਾਰ ਨੇ ਅਗਰ ਨੁਕਸਦਾਰ ਨੇ ਕੀ ਉਹ ਕਿਸ ਪੱਧਰ ਦੀਆਂ ਨੁਕਸਦਾਰ ਨੇ ਕੀ ਜੇਲ੍ਹ ਦੇ ਵਿੱਚ ਰਹਿ ਕੇ ਉਹਨਾਂ ਦਾ ਇਲਾਜ ਹੋ ਸਕਦਾ ਹੈ ਕਿ ਦਵਾਈਆਂ ਨਾਲ ਇਲਾਜ ਹੋ ਸਕਦਾ ਹੈ ਜਾਂ ਕੋਈ ਸਰਜਰੀ ਕਰਾਣ ਦੀ ਲੋੜ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਪਹਿਲਾਂ ਵੀ ਕਈ ਵਾਰੀ ਸਰਜਰੀ ਹੋ ਚੁੱਕੀ ਹੈ ਫਿਰ ਉਹ ਇਹ ਦੇਖਣਗੇ ਕਿ ਦਵਾਈਆਂ ਦੇ ਨਾਲ ਜਿਹੜਾ ਜੇਲ੍ਹ ਦੇ ਵਿੱਚ ਭੋਜਨ ਮਿਲਦਾ ਹੈ ਕੀ ਉਹ ਉਹਨਾਂ ਦੇ ਸਰੀਰ ਦੀ ਜ਼ਰੂਰਤ ਮੁਤਾਬਕ ਹੈ ਅਗਰ ਉਹਨਾਂ ਨੂੰ ਕਣਕ ਤੋਂ ਚੌਲਾਂ ਤੋਂ ਖਾਣ ਦੇ ਨਾਲ ਨੁਕਸਾਨ ਹੈ ਤੇ ਉਹਦੀ ਜਗ੍ਹਾ ਉਹਨਾਂ ਨੂੰ ਕੀ ਦਿੱਤਾ ਜਾਵੇ ਖਾਨ ਨੂੰ ਕੀ ਸਲਾਦ ਫਰੂਟ ਇਸ ਤਰੀਕੇ ਦੀ ਡਾਈਟ ਦਿੱਤੀ ਜਾਵੇ ਸੋ ਇਹ ਸਾਰੀਆਂ ਚੀਜ਼ਾਂ ਦੇ ਨਾਲ ਫਿਰ ਜਿਹੜਾ ਹੈ ਮੈਡੀਕਲ ਜਿਹੜੀ ਰਿਪੋਰਟ ਹੈ ਇਹ ਜਿਹੜੀਆਂ ਸਿਫਾਰਸ਼ਾਂ ਹੋਣਗੀਆਂ ਉਸ ਤੋਂ ਬਾਅਦ ਹੀ ਇਹ ਸਾਰੀਆਂ ਚੀਜ਼ਾਂ ਜਿਹੜੇ ਜਿਹੜੇ ਸਿਫਾਰਸ਼ਾਂ ਨੇ ਉਹ ਅਮਲ ਦੇ ਵਿੱਚ ਆਉਣਗੀਆਂ ਔਰ ਮੈਨੂੰ ਲੱਗਦਾ ਹੈ ਕਿ ਜ਼ਿਆਦਾ ਕਲੈਰਿਟੀ ਤਾਂ ਹੁਣ ਜਦੋਂ ਇਹ ਰਿਪੋਰਟ ਅਦਾਲਤ ਚ ਜਾਊਗੀ ਅਦਾਲਤ ਦੇ ਹੁਕਮਾਂ ਤੋਂ ਬਾਅਦ ਹੋਏਗੀ जी 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 बिल्कुल तो उम्मीद करते हैं कि वाकई जो अदालत भी समझेगी कि जो उन्होंने मेडिकली सहूलत चाहिए या खाण पीन की जो दिक्कत है उसका जाए सो अर दु सार खबरों के उपर चर्चा जरूर बना की है तो बहुत बहुत धनबाद करते हैं डे जी थी तो ये सारिया खबरों उपर जो है विस्थारियों दर्शकों तक पहुँचाई दर्शकों का भी धनवाद करते हैं जो साम लगातार जुड़ते हैं बहुत बहुत धनबाद डला जी सताल बहुत धनवाद जी